ਇਹ ਪੈਸੇ ਕਮਾਉਣ ਦੇ ਚੱਕਰਾਂ 'ਚ, ਇਹ ਪੈਸੇ ਬਚਾਉਣ ਦੇ ਚੱਕਰਾਂ 'ਚ ਮਾੜੀਆਂ ਗੱਡੀਆਂ ਹਾਇਰ ਕਰਦੇ ਨੇ। ਪ੍ਰਿੰਸੀਪਲ ਸਕੂਲ ਦਾ, ਟਰਾਂਸਪੋਰਟੇਸ਼ਨ ਹੈੱਡ ਸਕੂਲ ਦਾ ਅਤੇ ਇਹਦਾ ਮਾਲਕ ਅਤੇ ਡਰਾਈਵਰ, ਉਹਨਾਂ 'ਤੇ ਸਖ਼ਤ ਤੋਂ ਸਖ਼ਤ, ਜੋ ਵੀ ਸਭ ਤੋਂ ਵੱਧ ਧਾਰਾਵਾਂ ਜਿਹੜੀਆਂ ਸਖ਼ਤ ਤੋਂ ਸਖ਼ਤ ਨੇ, ਉਹਨਾਂ ਦੇ ਖਿਲਾਫ਼ ਪਰਚਾ ਹੋਣਾ ਚਾਹੀਦਾ। ਪਰ ਮੈਂ ਇਸ ਘਟਨਾ ਨੂੰ ਪਰਸਨਲੀ ਫੋਲੋ ਕਰੂੰਗਾ। ਭਾਗਿਆ ਜਿਹੜੀ ਇਹਨਾਂ ਨੇ ਕੱਲ੍ਹੇ ਵੈਨ ਲੈ ਕੇ ਅੱਜ ਸਕੂਲ 'ਚ ਅੱਜ ਚਲਾ ਦਿੱਤਾ। ਹੁਣ ਮੈਂ ਸਕੂਲ ਦੀ ਜਿਹੜੀ ਮੈਨੇਜਮੈਂਟ ਹੈਗੀ ਹੈ ਉਹਦੇ ਨਾਲ ਮੈਂ ਹੁਣ ਜਾ ਕੇ ਗੱਲ ਕਰਕੇ ਸਕੂਲ ਦੇ ਪ੍ਰਿੰਸੀਪਲ ਦੇ ਨਾਲ ਮੈਂ ਪੂਰੀ ਡੂੰਘਾਈ ਤੱਕ ਜਾਊਂਗਾ ਵੀ ਮਸਲਾ ਕੀ। ਸੰਗਰੂਰ ਦੇ ਲੌਂਗੋਵਾਲ 'ਚ ਸਕੂਲ ਵੈਨ ਨੂੰ ਅੱਗ ਲੱਗਣ ਦੀ ਵਾਪਰੀ ਮੰਦਭਾਗੀ ਘਟਨਾ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇ ਇਸ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੰਦਿਆਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਗੱਲ ਕਹੀ ਹੈ। ਉੱਥੇ ਮੌਕੇ 'ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਇਸ ਘਟਨਾ ਨੂੰ ਮੰਦਭਾਗੀ ਕਰਾਰ ਦਿੰਦਿਆਂ ਕਿਹਾ ਕਿ ਉਹ ਵਿਅਕਤੀਗਤ ਰੂਪ 'ਚ ਇਸ ਘਟਨਾ ਵੱਲ ਧਿਆਨ ਦੇਣਗੇ ਤਾਂ ਜੋ ਇਸ ਦੀ ਸਹੀ ਜਾਂਚ ਹੋ ਸਕੇ। ਹਾਦਸਾ, ਮਤਲਬ ਇਹਦੇ ਵਾਸਤੇ ਲਫ਼ਜ਼ ਨਹੀਂ ਹੈਗੇ ਕਿ ਅਸੀਂ ਕਿਸੇ ਨਾਲ ਦੁੱਖ ਪ੍ਰਗਟ ਕਰੀਏ, ਉਹਨਾਂ ਪਰਿਵਾਰਾਂ ਨਾਲ ਜਿਨ੍ਹਾਂ ਦੇ ਮਾਸੂਮ, ਜਿਨ੍ਹਾਂ ਨੂੰ ਉਹਨਾਂ ਨੇ ਭਵਿੱਖ ਦੇ ਵਿੱਚ ਬਹੁਤ ਵੱਡੇ ਅਫਸਰ ਜਾਂ ਬਹੁਤ ਵੱਡੇ ਬੰਦੇ ਬਣਾਉਣ ਦੇ ਸੁਪਨੇ ਲਏ ਸੀ, ਅਤੇ ਅੱਜ ਉਹ ਸੁਪਨੇ ਜਿਹੜੇ ਨੇ ਉਹ ਸਾਰੇ ਤਰੇ ਤਰਾਏ ਰਹਿ ਗਏ। ਅਤੇ ਪ੍ਰਸ਼ਾਸਨਿਕ ਢਿੱਲ ਕੀ ਸਮਝਦੇ ਹੋਗੇ ਕਿ ਵੈਨ ਹੈ ਜਿਹੜੀ ਉਹਦੀ ਹਾਲਤ ਹੀ ਨਹੀਂ? ਮੈਂ DC ਸਾਹਿਬ ਨਾਲ ਗੱਲ ਕੀਤੀ ਹੈ, SSP ਸਾਹਿਬ ਨਾਲ ਵੀ ਗੱਲ ਕੀਤੀ ਹੈ ਕਿ ਡਰਾਈਵਰ ਜਿਹੜਾ ਉਹ ਭੱਜ ਗਿਆ, ਸ਼ਾਇਦ ਜੇ ਡਰਾਈਵਰ ਥੋੜ੍ਹੀ ਜਿਹੀ ਕੋਸ਼ਿਸ਼ ਪਹਿਲਾਂ ਕਰ ਲੈਂਦਾ ਤਾਂ ਬੱਚਿਆਂ ਨੂੰ ਬਚਾਇਆ ਜਾ ਸਕਦਾ ਸੀ। ਜਦੋਂ ਤੱਕ ਲੋਕ ਆਏ ਖੇਤਾਂ ਦੇ ਵਿੱਚੋਂ ਤਾਂ ਉਦੋਂ ਤੱਕ ਚਾਰ ਬੱਚੇ ਜਿਹੜੇ ਜਿਨ੍ਹਾਂ ਦੀਆਂ ਡੈੱਡ ਬੋਡੀਆਂ ਵਾਲੀ ਕਿਹਾ ਉਹ ਜਾ ਚੁੱਕੇ ਸੀ। ਅਤੇ ਹੁਣ ਤੁਸੀਂ ਕੀ ਕਹਿ ਰਹੇ ਹੋ ਸਾਰੀ ਘਟਨਾ ਨੂੰ ਲੈ ਕੇ, ਵੀ ਕੀ ਮੰਗ ਕਰਦੇ ਹੋ, ਕੀ ਹੋਇਆ? ਬਿਲਕੁਲ ਡੀ ਸਾਹਿਬ ਖੜੇ ਨੇ, ਮੁਖ ਐਸ ਪੀ ਸਾਹਿਬ ਖੜੇ ਨੇ, ਅਤੇ ਮੈਂ ਹੁਣੀ ਅਜੇ ਆਇਆ। ਮੈਂ ਇਹਨਾਂ ਨਾਲ ਇਹ ਗੱਲ ਕੀਤੀ ਆ ਕਿ ਸਖ਼ਤ ਤੋਂ ਸਖ਼ਤ ਧਾਰਾਵਾਂ ਲਾ ਕੇ ਮੈਸੇਜ ਇੱਕ ਦਿਨ ਜਾਣਾ ਚਾਹੀਦਾ ਹੈ। ਵੈਨ ਦਾ ਡਰਾਈਵਰ, ਵੈਨ ਦਾ ਮਾਲਕ, ਸਕੂਲ ਦਾ ਪ੍ਰਿੰਸੀਪਲ ਅਤੇ ਸਕੂਲ ਦਾ ਟਰਾਂਸਪੋਰਟੇਸ਼ਨ ਦਾ ਹੈੱਡ, ਜਿਨ੍ਹਾਂ ਨੇ ਇਹੋ ਜਿਹੀਆਂ ਵੈਨਾਂ ਚਲਾਉਣ ਵਾਸਤੇ ਅਲਾਓ ਕੀਤਾ, ਅਤੇ ਵੈਨ ਕਿੰਨੇ ਚਿਰ ਤੋਂ ਐਕਸਪਾਇਰ ਸੀ, ਕਦੋਂ ਇਹਦੀ ਜਿਹੜੀ ਚੈਕਿੰਗ ਹੋਈ ਸੀ ਕਿ ਸੜਕ 'ਤੇ ਤੁਰਨ ਦੇ ਕਾਬਲ ਹੈ ਜਾਂ ਨਾ, ਅੱਗ ਲੱਗਣ ਦੇ ਕਾਰਨ ਕੀ ਨੇ, ਤਾਂ ਬਾਅਦ 'ਚ ਪਤਾ ਲੱਗੂਗਾ, ਜਾਂਚ ਦਾ ਵਿਸ਼ਾ। ਪਰ ਮੈਂ ਇਸ ਘਟਨਾ ਨੂੰ ਪਰਸਨਲੀ ਫੋਲੋ ਕਰੂੰਗਾ। ਦੂਜੇ ਪਾਸੇ ਸੰਗਰੂਰ ਦੇ RTO ਕਰਮਵੀਰ ਸਿੰਘ ਸ਼ੀਨਾ ਦਾ ਕਹਿਣਾ ਹੈ ਕਿ ਉਹ ਸਕੂਲ ਮੈਨੇਜਮੈਂਟ ਦੇ ਨਾਲ ਗੱਲ ਕਰਕੇ ਮਾਮਲੇ ਦੀ ਡੂੰਘਾਈ ਤੱਕ ਜਾਂਚ ਕਰਵਾਉਣਗੇ। ਤੋਂ ਪਹਿਲੀ ਗੱਲ ਤਾਂ ਇਹ ਹੈ, ਬਹੁਤ ਮਾੜਾ ਹੋਇਆ, ਬੜਾ ਮੰਦਭਾਗਾ, ਛੋਟੇ ਛੋਟੇ ਬੱਚੇ ਸੀ ਜਦੋਂ ਮੈਨੂੰ ਪਤਾ ਲੱਗਿਆ। ਦੂਸਰੀ ਗੱਲ ਇਹ ਪਤਾ ਲੱਗਿਆ ਇੱਥੇ ਆ ਕੇ, ਪਤਾ ਸੁਣਨ 'ਚ ਆਇਆ ਵੀ ਪੁਰਾਣੀ ਹੈ, ਪਤਾ ਲੱਗਿਆ PB11A ਨੰਬਰ ਹੈ ਇਹਦਾ। ਹੁਣ ਮੈਂ ਸਕੂਲ ਦੀ ਜਿਹੜੀ ਮੈਨੇਜਮੈਂਟ ਹੈਗੀ ਹੈ ਉਹਦੇ ਨਾਲ ਮੈਂ ਹੁਣ ਜਾ ਕੇ ਗੱਲ ਕਰਕੇ ਸਕੂਲ ਦੇ ਪ੍ਰਿੰਸੀਪਲ ਦੇ ਨਾਲ ਮੈਂ ਪੂਰੀ ਡੂੰਘਾਈ ਤੱਕ ਜਾਊਂਗਾ ਵੀ ਮਸਲਾ ਕੀ ਹੈ। ਸਰ ਤੁਸੀਂ ਕਹਿ ਰਹੇ ਕੋਲ, ਇਹ ਤਾਂ ਮੈਂ ਹੁਣੇ ਇੱਥੇ ਪਹੁੰਚਿਆ, ਇਹ ਤਾਂ ਮੈਂ ਹੁਣੇ ਤੁਹਾਨੂੰ ਦੱਸਤੀ ਗੱਲ, ਸਾਰੀ ਘੋਖ ਕੱਢ ਕੇ ਜਿਹੜੀ ਰਿਪੋਰਟ ਹੋਊਗੀ ਮੈਂ ਮਾਨਯੋਗ DC ਸਾਹਿਬ ਨੂੰ ਮੈਂ ਸਾਰੀ ਸੌਂਪ ਦੂੰਗਾ। ਸਰ ਤੁਸੀਂ ਕਹਿੰਦੇ ਵੀ ਸਮੇਂ ਸਮੇਂ ਬਾਅਦ ਚੈਕਿੰਗ ਕੀਤੀ ਜਾਂਦੀ ਹੈ, ਲੇਕਿਨ ਚੈਕਿੰਗ ਦੇ ਬਾਵਜੂਦ ਵੀ ਜਿਹੜੇ ਸਕੂਲ ਨੇ ਕਾਨੂੰਨ ਨੂੰ ਛਿੱਕੇ ਟੰਗ ਕੇ ਜਿਹੜੀਆਂ ਪੁਰਾਣੀ ਬੱਸਾਂ ਅਤੇ ਘਟੀਆਂ ਬੱਸਾਂ ਬੜੀਆਂ ਚੱਲ ਰਹੀਆਂ ਨੇ, ਤੁਹਾਡੀ ਗੱਲ ਠੀਕ ਹੈ, ਲੇਕਿਨ ਚੱਕਰ ਇਹ ਹੈ ਜਿਹੜੀ ਇਹਨਾਂ ਨੇ ਕੱਲੇ ਵੈਨ ਲਿੱਤੀ ਹੈ ਉਹਦਾ ਤਾਂ ਸਾਨੂੰ ਵੀ ਨਹੀਂ ਪਤਾ ਇਹਨਾਂ ਨੇ ਕੱਲੇ ਲਿੱਤੀ ਹੈ, ਅੱਜ ਇਹਨਾਂ ਨੇ ਔਨ ਰੋਡ ਚਲਾਤੀ। ਸਰ ਇਹ ਤਾਂ ਇਹਨਾਂ ਨੇ ਅੱਜ ਔਨ ਰੋਡ ਚਲਾਤੀ, ਬਾਕੀ ਸਕੂਲਾਂ ਦੇ ਵਿੱਚ ਚੈਕਿੰਗ ਕੀਤੀ ਜਾਣੀ? ਮੈਂ ਡੇਲੀ ਚੈਕਿੰਗ ਕਰਦਾ ਜੀ, ਮੈਨੂੰ ਜਿਹੜੀ ਬੱਸ ਕੋਈ ਪੁਰਾਣੀ ਮਿਲਦੀ ਮੈਂ ਪਾਊਂਡ ਕਰਦਾ, ਔਰ ਵੱਖ ਵੱਖ ਥਾਂ 'ਚ ਗੱਡੀਆਂ ਪਾਊਂਡ ਹੁੰਦੀਆਂ ਨੇ ਉਹ ਗੱਡੀਆਂ 'ਚ ਰਿਲੀਜ਼ ਨਹੀਂ ਕਰਦੇ ਹੈਗੇ, ਔਰ ਮੈਨੇਜਮੈਂਟ ਨੂੰ ਲਿਖ ਦਿੱਤਾ ਜਾਂਦਾ ਹੈਗਾ ਔਰ MBA ਨੂੰ ਲਿਖਿਆ ਜਾਂਦਾ ਹੈਗਾ ਵੀ ਗੱਡੀਆਂ ਹੈਗੀਆਂ ਨੇ ਇਹ ਫਿਟਨੈਸ ਤੋਂ ਬਾਹਰ ਹੈਗੀਆਂ ਨੇ, ਚੱਲਣਯੋਗ ਨਹੀਂ ਹੈਗੀਆਂ,
ਔਰ ਅਸੀਂ ਕਾਫੀ ਹੱਦ ਤੱਕ ਕਈ ਸਕੂਲਾਂ ਦੇ ਵਿੱਚ ਨਵੀਆਂ ਬੱਸਾਂ ਪਵਾਤੀਆਂ। ਸਰ ਮੀਡੀਆ ਨੇ ਕਈ ਵਾਰੀ ਜਿਹੜਾ ਤੁਹਾਡੇ ਧਿਆਨ ਦੇ ਵਿੱਚ ਲਿਆਤਾ, ਨਿਊਜ਼ ਵੀ ਜਿਹੜੀ ਹੈਗੀਆਂ ਨੇ ਉਹ ਪ੍ਰਕਾਸ਼ਿਤ ਕੀਤੀਆਂ ਗਈਆਂ ਨੇ, ਫਿਰ ਵੀ ਜਿਹੜੀਆਂ ਉਹ ਬੱਸਾਂ ਨੇ ਉਹ ਚੱਲ ਰਹੀਆਂ ਨੇ ਔਨ ਰੋਡ ਤੇ ਸਕੂਲਾਂ ਦੇ ਵਿੱਚ। ਸਾਡੀ ਬਾਈ ਜੀ ਬੇਨਤੀ ਹੈ, ਅਸੀਂ ਡੇਲੀ ਟ੍ਰੈਫਿਕ ਚੈਕਿੰਗ ਕਰਦੇ ਹਾਂ, ਜੇ ਕੋਈ ਬੰਦਾ ਗਲਤੀ ਕਰਦਾ ਸਾਡੇ ਧਿਆਨ ਚ ਆਉਂਦੀ, ਅਸੀਂ ਡੈਫੀਨੇਟਲੀ ਕਾਰਵਾਈ ਕਰਦੇ ਹਾਂ। ਜ਼ਿਕਰਯੋਗ ਹੈ ਕਿ ਲੌਂਗੋਵਾਲ 'ਚ ਵਾਪਰੀ ਇਸ ਘਟਨਾ 'ਚ 4 ਸਕੂਲੀ ਬੱਚੇ ਜ਼ਿੰਦਾ ਹੀ ਸੜ ਗਏ ਨੇ ਅਤੇ ਬਾਕੀ 8 ਬੱਚਿਆਂ ਨੂੰ ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਬਚਾ ਲਿਆ ਗਿਆ ਹੈ। ਘਟਨਾ ਤੋਂ ਬਾਅਦ ਰੋਸ ਵਜੋਂ ਲੋਕਾਂ ਨੇ ਸੜਕ ਜਾਮ ਕਰਦਿਆਂ ਧਰਨਾ ਲਗਾ ਦਿੱਤਾ ਹੈ। ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ, D5 ਚੈਨਲ ਪੰਜਾਬੀ।